ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਰਾਜਪਾਲ ਸ੍ਰੀ ਕ੍ਰਿਸ਼ਨਕਾਂਤ ਪਾਲ ਜੀ, ਆਯੁਸ਼ ਮੰਤਰੀ ਸਵਤੰਤਰ ਪ੍ਰਭਾਰ ਸ਼੍ਰੀਪਦ ਯਸੋ ਨਾਇਕ ਜੀ ਔਰ ਉੱਤਰਾਖੰਡ ਕੇ ਆਯੁਸ਼ ਮੰਤਰੀ ਡਾਕਟਰ ਹਰਕ ਸਿੰਘ ਰਾਵਤ ਜੀ, ਦੇਸ਼ ਵਿਦੇਸ਼ ਸੇ ਆਏ ਹੋਏ ਮੀਡੀਆ ਕੇ ਸਾਥੀਓ ਔਰ ਸਭੀ ਯੋਗ ਪ੍ਰੇਮੀਓ, ਮੈਂ ਦੇਵਭੂਮੀ ਉੱਤਰਾਖੰਡ ਮੇਂ ਆਪ ਸਭ ਦਾ ਹਾਰਦਿਕ ਆਭਾਰ ਔਰ ਅਭਿਨੰਦਨ ਕਰਦਾ ਹਾਂ। ਚਤੁਰਥ ਅੰਤਰਰਾਸ਼ਟਰੀ ਯੋਗ ਦਿਵਸ ਕੀ ਮੇਜ਼ਬਾਨੀ ਉੱਤਰਾਖੰਡ ਕੋ ਮਿਲਣਾ ਹਮ ਸਭ ਕੇ ਲੀਏ ਗੌਰਵ ਕੀ ਬਾਤ ਹੈ। ਮੈਂ ਪ੍ਰਧਾਨ ਮੰਤਰੀ ਜੀ ਕਾ ਪ੍ਰਤੇਕ ਉੱਤਰਾਖੰਡ ਵਾਸੀ ਕੀ ਤਰਫ ਸੇ ਧੰਨਵਾਦ ਕਰਤਾ ਹੂੰ ਕਿ ਆਪਕੇ ਸਾਨਿਧਯ ਮੇਂ ਯੋਗ ਕਰਨੇ ਕਾ ਸੌਭਾਗਯ ਆਜ ਹਮੇਂ ਮਿਲ ਰਹਾ ਹੈ। ਇਹ ਇੱਕ ਬੜਾ ਸੰਯੋਗ ਹੈ ਹਮ ਸਭ ਕੇ ਲੀਏ। ਮਾਨਯ ਸ਼੍ਰੀ ਪ੍ਰਧਾਨ ਮੰਤਰੀ ਜੀ, ਆਪਕਾ ਇਸ ਦੇਵ ਧਰਾ ਸੇ ਗਹਿਰਾ ਲਗਾਵ ਹੈ ਔਰ ਆਪ ਸਦੈਵ ਹਮਾਰੀ ਵਿਸ਼ੇਸ਼ ਰੂਪ ਸੇ ਚਿੰਤਾ ਕਰਦੇ ਹੈ ਔਰ ਇਸ ਬਾਰ ਦੇਵ ਧਰਾ ਮੇਂ ਯੋਗ ਦਿਵਸ ਕੇ ਇਸ ਆਯੋਜਨ ਕੀ ਮੇਜ਼ਬਾਨੀ ਦੇ ਕਰ ਆਪਨੇ ਹਮ ਸਭ ਕੋ ਧੰਨਯ ਕੀਆ ਹੈ। ਪ੍ਰਧਾਨ ਮੰਤਰੀ ਜੀ, ਉਸ ਇਤਿਹਾਸਿਕ ਪਲ ਕੋ ਭਲਾ ਕੌਣ ਸਮਰਣ ਨਹੀਂ ਕਰਨਾ ਚਾਹੇਗਾ ਜਬ ਸੰਯੁਕਤ ਰਾਸ਼ਟਰ ਕੀ ਆਮ ਸਭਾ ਮੇਂ ਆਪਨੇ ਯੋਗ ਕੋ ਜਨ ਜਨ ਤੱਕ ਪਹੁੰਚਾਨੇ ਕਾ ਪ੍ਰਸਤਾਵ ਰੱਖਾ। ਆਪਨੇ ਤਬ ਵਿਸ਼ਵ ਕਾ ਆਹਵਾਨ ਕਰਤੇ ਹੋਏ ਕਹਾ ਥਾ ਜਬ ਹਮ